ਮਲਕਾਂ ਜ਼ਿਲ੍ਹੇ ਦੇ ਪਿੰਡ ਤਰਾਗਵਾਲਾ ਦੀ ਰਹਿਣ ਵਾਲੀ ਪ੍ਰਿਯੰਕਾ ਬੀਐਸਸੀ ਆਈਟੀ ਪਾਸ ਹੈ ਅਤੇ ਉਹ ਆਪਣੇ ਪਿਤਾ ਦੇ ਪੁਰਖੀ ਕਿੱਤੇ ਨਾਲ ਜੁੜੀ ਹੋਈ ਹੈ। ਜਦ 3 ਸਾਲ ਪਹਿਲਾਂ ਉਸਦੇ ਪਿਤਾ ਦੀ ਵਰਕਸ਼ਾਪ ਵਿੱਚ ਖੜੋਤ ਆਈ ਤਾਂ ਪ੍ਰਿਯੰਕਾ ਨੇ ਆਪਣੇ ਪਿਤਾ ਦਾ ਕਾਰੋਬਾਰ ਸੰਭਾਲ ਲਿਆ। ਪ੍ਰਿਯੰਕਾ ਦੱਸਦੀ ਹੈ ਕਿ ਉਸਦੇ ਪਿਤਾ ਤੇ ਵੱਡੇ ਭਰਾ ਨੂੰ ਕਾਰੋਬਾਰ ਲਈ ਖੜੋਤ ਕਰਨ ਵਰਕਸ਼ਾਪ ਛੱਡ ਜਾਣਾ ਪਿਆ ਸੀ। ਉਸਦਾ ਭਰਾ ਜੋ ਉਸ ਤੋਂ ਵੀ ਛੋਟਾ ਹੈ ਉਸਨੇ ਪਿਤਾ ਦੀ ਵਰਕਸ਼ਾਪ ਚਲਾਉਣੀ ਸ਼ੁਰੂ ਕਰ ਦਿੱਤੀ। ਆਪਣੇ ਅਤੇ ਪਰਿਵਾਰ ਤੇ ਆਈ ਔਖੀ ਘੜੀ ਨੇ ਉਸਦਾ ਮਨ ਪਸੀਜ ਦਿੱਤਾ। ਉਸ ਵੱਲੋਂ ਛੋਟੇ ਭਰਾ ਨੂੰ ਇਸ ਤਰ੍ਹਾਂ ਮਿਹਨਤ ਕਰਦੇ ਦੇਖ ਰਿਹਾ ਨਹੀਂ ਗਿਆ ਅਤੇ ਖੁਦ ਉਹ ਅੱਗੇ ਆਈ। ਉਹ ਕਹਿੰਦੀ ਹੈ ਕਿ ਪਰਿਵਾਰ ਦੇ ਹਾਲਾਤ ਹੀ ਅਜੇ ਸਨ ਕਿ ਜੇ ਕੋਈ ਉਸ ਨੂੰ ਮਨਾ ਕਰਦਾ ਤਾਂ ਵੀ ਉਹ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੀ। ਪ੍ਰਿਯੰਕਾ ਦੱਸਦੀ ਹੈ ਕਿ ਵਰਕਸ਼ਾਪ ਦਾ ਕੰਮ ਬਹੁਤ ਔਖਾ ਸੀ। ਉਸ ਨੂੰ ਇਸ ਬਾਰੇ ਜਾਣਕਾਰੀ ਤੇ ਸਮਝ ਤਾਂ ਪੂਰੀ ਸੀ ਪਰ ਉਸਨੇ ਕਦੇ ਖੁਦ ਕੀਤਾ ਨਹੀਂ ਸੀ। ਗ੍ਰੈਂਡਰ ਬਹੁਤ ਤੇਜ਼ ਚੱਲਦਾ ਹੈ, ਲੋਹਾ ਗਰਮ ਹੋ ਜਾਂਦਾ ਹੈ, ਭਾਰੀ ਗਾਡਰਾਂ ਨੂੰ ਚੁੱਕਣਾ ਤੇ ਕੰਮ ਕਰਨਾ ਹੁੰਦਾ ਹੈ। ਪ੍ਰਿਯੰਕਾ ਦੱਸਦੀ ਹੈ ਕਿ ਸ਼ੁਰੂ-ਸ਼ੁਰੂ ਵਿੱਚ ਗਲਤੀਆਂ ਜ਼ਰੂਰ ਹੋਈਆਂ ਪਰ ਫਿਰ ਹੌਲੀ-ਹੌਲੀ ਕੰਮ 'ਚ ਨਿਖਾਰ ਆ ਗਿਆ। ਉਸਦੀ ਵਰਕਸ਼ਾਪ ਵਿੱਚ ਖੇਤਾਂ ਵਿੱਚ ਲੱਗਣ ਵਾਲੇ ਸੋਲਰ ਸਿਸਟਮ ਦੀਆਂ ਟਰਾਲੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਉਸ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਟਰਾਲੀਆਂ ਇਕੱਲੇ ਪੰਜਾਬ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਤੱਕ ਤਿਆਰ ਹੋਏ ਉਤਪਾਦ ਜਾਂਦੇ ਹਨ। ਉਹਨਾਂ ਨੂੰ ਅੱਜ ਐਡਵਾਂਸ ਵਿੱਚ ਆਰਡਰ ਮਿਲ ਰਹੇ ਹਨ। ਅਜੀਤ ਪੰਜਾਬੀ ਦੀ ਅਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਪ੍ਰਿਯੰਕਾ ਜੀ, ਜੋ ਵੈਸੇ ਬੇਸਿਕਲੀ ਐਜੂਕੇਸ਼ਨਲ ਕੀ ਹੈ ਤੁਸੀਂ? ਜੋ ਮੈਂ ਬੀਐਸਸੀ ਆਈਟੀ ਕੀਤੀ ਹੈ। ਠੀਕ ਹੈ। ਪ੍ਰੋਫੈਸ਼ਨ ਅੱਜ ਕੱਲ ਕੀ ਕਰ ਰਹੇ ਹੋ? ਪ੍ਰੋਫੈਸ਼ਨ ਚ ਬਸ ਆਹੀ ਕਰਦਾ ਕੰਮ, ਮਤਲਬ ਵਰਕਸ਼ਾਪ ਤੇ ਕੰਮ ਕਰੀਦਾ, ਜੋ ਵੀ ਇੱਥੇ ਹੁੰਦਾ ਵੈਲਡਿੰਗ ਦਾ ਜਾਂ ਕਟਿੰਗ ਦਾ। ਠੀਕ ਹੈ। ਇਹ ਵੈਸੇ ਬੜਾ ਭਾਰੀ ਤੇ ਮਿਹਨਤ ਵਾਲਾ ਕੰਮ ਆ ਤੇ ਉਹਦੇ ਲਈ ਜਿਹੜਾ ਕਰਨਾ ਇੱਕ ਉਹ ਵੀ ਇੱਕ ਲੜਕੀ ਦਾ ਕਰਨਾ, ਇਹਨੂੰ ਇੱਕ ਚੁਣੌਤੀ ਵਾਲਾ ਕੰਮ ਆ, ਇਹਨੂੰ ਕਿਵੇਂ ਲਿਆ ਤੁਸੀਂ? ਕਿਵੇਂ ਕੀ ਲਿਆ ਜੀ, ਘਰ ਮਤਲਬ ਥੋੜ੍ਹੀ ਪ੍ਰੋਬਲਮ ਆ ਗਈ ਸੀ, ਉਦੋਂ ਬਾਅਦ ਫਿਰ ਮਤਲਬ ਪਾਪਾ ਹੋਰੀ ਨਹੀਂ ਕੰਮ ਕਰ ਪਾਏ ਸੀਗੇ ਤੇ ਫਿਰ ਅਸੀਂ ਕਰਨਾ ਸ਼ੁਰੂ ਕੀਤਾ, ਮੈਂ ਤੇ ਮੇਰੇ ਛੋਟੇ ਬ੍ਰਦਰ ਨੇ। ਅਸੀਂ ਦੋਵਾਂ ਨੇ ਇਹ ਸੰਭਾਲਿਆ ਕੰਮ, ਕੰਮ ਕਾਫੀ ਸੀ, ਆਰਡਰ ਬੁੱਕ ਹੋਏ ਪਏ ਸੀ, ਦੇਣੇ ਸੀ ਜੀ ਆਰਡਰ। ਅੱਛਾ। ਤੇ ਫਿਰ ਉਹ ਫਾਰਮਰ ਤੁਹਾਨੂੰ ਪਤਾ ਹੀ ਕਾਲ ਕਰਨ ਲੱਗ ਜਾਂਦੇ, ਫਿਰ ਉਸ ਦੇ ਹਿਸਾਬ ਨਾਲ ਫਿਰ ਬਾਈ ਕਹਿੰਦਾ ਚਲੋ ਆਪਾਂ ਲੜਕੀ ਕਰ ਲੈਂਦੇ, ਤਾਂ ਹੀ ਫਿਰ ਮੈਂ ਸ਼ੁਰੂ ਸ਼ੁਰੂ 'ਚ ਤਾਂ ਬਸ ਮੀਨਾ ਬਣਾਈ ਅਤੇ ਲੋਹਾ ਕੋਲ ਕਰ ਦਿੰਦੇ ਸੀ, ਜਾਂ ਇੰਨਾ ਮੋਟਾ ਹੀ ਕੰਮ ਸੀ, ਫਿਰ ਧੀਰੇ ਧੀਰੇ ਕੱਟਣ ਲੱਗ ਗਏ ਅਤੇ ਫਿਰ। ਨਹੀਂ, ਇੱਕ ਸ਼ੁਰੂ ਤੋਂ ਮੰਨ ਲਓ ਜਿਵੇਂ ਵਰਕਸ਼ਾਪ ਸੀ, ਤੁਸੀਂ ਉਹਦੇ 'ਚ ਕਰਨ ਲੱਗੇ ਸਹਾਇਤਾ, ਮੰਨ ਲਓ ਜਦੋਂ ਉਦੋਂ ਕੰਮ ਕਰਦੇ ਸੀ ਉਦੋਂ ਤੋਂ ਕੋਈ ਨਾਲ ਤੁਹਾਨੂੰ ਕਿੰਨਾ ਕੁਛ ਸਿੱਖਣਾ ਪਿਆ? ਸਿੱਖਣਾ ਵੈਸੇ ਜ਼ਿਆਦਾਤਰ ਚੀਜ਼ਾਂ ਦਾ ਮੈਨੂੰ ਪਤਾ ਸੀ ਕਿ ਕਿਹੜੀ ਚੀਜ਼ ਕਿੱਥੇ ਯੂਜ਼ ਹੁੰਦੀ ਹੈ। ਠੀਕ ਹੈ। ਬਸ ਉਹਨੂੰ ਮੈਂ ਕਦੇ ਯੂਜ਼ ਨਹੀਂ ਕੀਤਾ ਸੀ। ਠੀਕ ਹੈ। ਬਸ ਉਹ ਡਰ ਸੀ ਕਿ ਇਹਨੂੰ ਕਿਵੇਂ ਯੂਜ਼ ਕਰਾਂ। ਠੀਕ ਹੈ। ਗ੍ਰੈਂਡਰ ਦੀ ਸਪੀਡ ਜ਼ਿਆਦਾ ਆ, ਹੁਣ ਵੈਲਡ ਕਰਦੇ ਹਾਂ ਉਹ 'ਚ ਅੱਗ ਨਿਕਲਦੀ ਹੈ, ਰਾਡ ਗਰਮ ਹੋ ਜਾਂਦੀ ਹੈ, ਕਿਵੇਂ ਵੀ, ਬਸ ਉਹ ਚੀਜ਼ਾਂ ਦਾ ਮੈਨੂੰ ਐਵੇਂ ਨਹੀਂ ਪਤਾ ਸੀ ਕਿ ਇਹਨੂੰ ਯੂਜ਼ ਕਰਾਂ ਕਿਵੇਂ, ਐਵੇਂ ਪਤਾ ਸੀ ਕਿ ਯੂਜ਼ ਕਿੱਥੇ ਹੋਣੀਆਂ ਅਤੇ ਕਿਵੇਂ ਹੋਣੀਆਂ। ਠੀਕ ਹੈ। ਬਸ ਉਹ ਕੰਮ ਸਿੱਖਣਾ ਪਿਆ ਮੈਨੂੰ ਕਿ ਹਾਂ ਇਹਨੂੰ ਐਵੇਂ ਯੂਜ਼ ਕਰਨਾ ਅਤੇ ਇੱਥੇ। ਠੀਕ। ਨਹੀਂ, ਜਦੋਂ ਤੁਸੀਂ ਮੰਨ ਲਓ ਇਹ ਮਨ 'ਚ ਧਾਰਿਆ ਕਿ ਮੈਂ ਇਹ ਕੰਮ ਕਰ ਲਊਂਗੀ, ਤੁਹਾਨੂੰ ਕਿਸੇ ਨੇ ਕਿਹਾ ਵੀ ਇਹ ਕੰਮ ਕਰੋ ਪਰਿਵਾਰ 'ਚ, ਜਾਂ ਕਿਹਾ ਵੀ ਨਹੀਂ ਕਰਨਾ, ਵੀ ਇਹ ਬੜਾ ਇਹਦੇ 'ਚ ਸੱਟ ਵੇਟ ਲੱਗ ਸਕਦੀ ਆ, ਖਤਰੇ ਵਾਲਾ ਕੰਮ ਆ, ਕੋਈ ਤੁਹਾਨੂੰ ਮੰਨ ਲਓ? ਪਹਿਲਾਂ ਤਾਂ ਮਤਲਬ ਜਦੋਂ ਸਿਚੁਏਸ਼ਨ ਹੀ ਇਹੋ ਜਿਹੀ ਸੀਗੀ ਕਿ ਇਹ ਕੰਮ ਮੈਨੂੰ ਕਰਨਾ ਹੀ ਪਿਆ, ਅਤੇ ਕੋਈ ਮਨਾ ਵੀ ਕਰਦਾ ਤਾਂ ਵੀ ਮੈਨੂੰ ਕਰਨਾ ਹੀ ਪੈਣਾ ਸੀਗਾ, ਕਿਉਂਕਿ ਮੇਰਾ ਭਰਾ ਇਕੱਲਾ ਲੱਗਿਆ ਹੁੰਦਾ ਸੀ, ਫਿਰ ਕਿੰਨਾ ਚਿਰ ਕੋ ਇਕੱਲਾ ਲੱਗਿਆ ਰਹਿੰਦਾ, ਹੁਣ ਉਹ ਵੀ ਬੱਚਾ ਸੀ ਮੇਰੇ ਨਾਲ, ਛੋਟਾ ਹੈਗਾ ਉਹ, ਅਤੇ ਇਕੱਲਾ ਬੰਦੇ ਤਾਂ ਜੀ ਵੈਸੇ ਵੀ ਅੱਕ ਜਾਂਦਾ ਹੈਗਾ, ਤਾਂ ਫਿਰ ਦੋਵਾਂ ਦੇ ਨਾਲ ਥੋੜ੍ਹਾ ਜਿਹਾ ਚੱਲ ਜਿੱਥੇ ਇੱਕ ਨਾਲ ਦੋ ਚੰਗੇ ਹੁੰਦੇ ਆ। ਅਤੇ ਕਿਹਾ ਵੀ ਸ਼ੁਰੂ ਸ਼ੁਰੂ 'ਚ ਜਦੋਂ ਮਤਲਬ ਗ੍ਰੈਂਡਰ ਚਲਾਉਂਦੇ ਸੀ ਸਪੀਡ ਕਾਫੀ ਹੁੰਦੀ ਹੈ ਕਿ ਹਾਂ ਕਈ ਵਾਰੀ ਟੁੱਟ ਟੁੱਟ ਗਿਆ ਤਾਂ ਵੱਜ ਜੂਗਾ ਜਾਂ ਕਿਵੇਂ, ਦੋ ਮਤਲਬ ਕਿ ਹੈਲਪ ਵੀ ਕਰਨਾ ਹੈ ਕਿ ਚੱਲ ਠੀਕ ਹੈ ਕੁੜੀ ਨਹੀਂ ਕਰਦੀ ਗੀ, ਜਿਵੇਂ ਆਸ ਪੜੋਸ 'ਚ ਕਈ ਜਣੇ ਹੁੰਦੇ ਆ ਜੀ ਜਿਹੜੀ ਤੁਹਾਡੀ ਕੇਅਰ ਕਰਦੇ ਆ ਕਿ ਚੱਲ ਕੁੜੀ ਨਾ ਕਰੇ ਅਸੀਂ ਕਰ ਦਿੰਦੇ, ਪਰ ਅਗਲਾ ਆਪਦਾ ਕੰਮ ਛੱਡ ਕੇ ਕਿੰਨਾ ਕੁ ਚੱਕ ਤੁਹਾਡਾ ਕਰੂਗਾ। ਫਿਰ ਉਹਨਾਂ ਨੇ ਇੱਕ ਦੋ ਦਿਨ ਲਵਾਉਂਦੇ ਸੀ, ਬਾਅਦ 'ਚ ਆਪ ਵਾਪਸ ਆਪਦੇ ਕੰਮ 'ਤੇ ਵੀ ਜਾਣਾ ਹੁੰਦਾ ਸੀ, ਆਖਰ ਨੂੰ ਤਾਂ ਫਿਰ ਅਸੀਂ ਸਾਡਾ ਕੰਮ ਸੀ ਤਾਂ ਅਸੀਂ ਸੰਭਾਲਣਾ ਸੀ ਇਹ। ਤੁਹਾਡਾ ਜਦੋਂ ਤੁਸੀਂ ਕੰਮ ਤੁਸੀਂ ਦੱਸਦੇ ਹੋ ਬੜੇ ਅਜਿਹੇ ਹਾਲਾਤ ਬਣ ਗਏ ਕਿ ਤੁਹਾਨੂੰ ਕੰਮ ਕਰਨਾ ਪਿਆ, ਉਦੋਂ ਤੋਂ ਲੈ ਕੇ ਹੁਣ ਤੁਹਾਡੇ ਕੰਮ 'ਚ ਕੋਈ ਫਰਕ, ਨਿਖਾਰ ਕੋਈ ਤੁਹਾਨੂੰ ਦਿਸਦਾ? ਹਾਂਜੀ, ਸ਼ੁਰੂ ਸ਼ੁਰੂ 'ਚ ਤਾਂ ਪਤਾ ਹੀ ਹੈ ਸਾਰਿਆਂ 'ਤੇ ਮਿਸਟੇਕਸ ਹੁੰਦੀ ਹੈ, ਮਤਲਬ ਹਰਿਆਂ 'ਤੇ ਗਲਤੀਆਂ ਹੁੰਦੀਆਂ ਹੈਗੀਆਂ, ਗਲਤੀਆਂ ਕਰ ਕਰ ਹੀ ਸਿੱਖਦਾ ਬੰਦਾ, ਫਿਰ ਵੀ ਚੱਲ ਦੂਰੀ ਵਾਰ ਰਿਪੀਟ ਨਾ ਕਰੇ ਗਲਤੀ, ਇਹੀ ਕਾਫੀ ਹੁੰਦਾ ਹੈਗਾ, ਸ਼ੁਰੂ ਸ਼ੁਰੂ 'ਚ ਥੋੜ੍ਹੀ ਬਹੁਤੀ ਮਿਸਟੇਕ ਹੁੰਦੀ ਸੀ, ਹੁਣ ਨਹੀਂ ਹੁੰਦੀ ਉਨੀ, ਬਸ ਸਹੀ ਹੈ। ਹੁਣ ਤੁਹਾਡੇ ਨਾਲ ਕਿੰਨੇ ਜਿਹੜੇ ਸਹਾਇਕ ਦੇ ਤੌਰ 'ਤੇ ਕੰਮ ਕਰ ਰਹੇ ਆ, ਕਿੰਨੀ ਤੁਹਾਡੀ ਟੀਮ ਹੈ? ਟੀਮ ਸਾਡੀ ਹੈਗੀ ਆ ਜੀ, 4 ਬੰਦੇ ਹੈਗੇ, ਇੱਕ ਮੈਂ, ਪਾਪਾ, ਮਤਲਬ ਹੈਗੇ ਆ ਜੀ 6-7 ਜਣੇ। 6-7 ਜਣੇ, ਠੀਕ ਹੈ। ਉਹਦੇ ਨਾਲ ਗੁਜ਼ਾਰਾ ਜਾਂ ਵਧੀਆ ਹੋ ਰਿਹਾ? ਹਾਂਜੀ, ਵਧੀਆ ਜੀ। ਜਿਹੜੀ ਆ ਤੁਸੀਂ ਜਦੋਂ ਉਦੋਂ ਕਰਦੇ ਸੀ ਉਸ ਤੋਂ ਲੈ ਕੇ ਕੋਈ ਹੁਣ ਤੱਕ ਮੁਨਾਫਾ, ਜਿਹੜੀ ਤੁਹਾਡੀ ਆਮਦਨ ਆ ਉਹਦੇ ਵਿੱਚ ਵੀ ਕੋਈ ਇਜ਼ਾਫਾ ਵਾਧਾ ਹੋਇਆ? ਹਾਂਜੀ, ਵਧੀਆ, ਮਤਲਬ ਕਿ ਠੀਕ ਕੰਮ ਚੱਲ ਰਿਹਾ। ਜਦੋਂ ਸ਼ੁਰੂ ਕੀਤਾ ਸੀ ਉਸ ਟਾਈਮ ਅਸੀਂ ਮਤਲਬ ਡਾਊਨ ਹੋ ਗਏ ਸੀਗੇ,
ਤੇ ਫਿਰ ਉਹ ਜਮਾ ਡਿੱਗਣ ਵਾਲੇ ਸੀ ਜੇ ਅਸੀਂ ਡਿੱਗ ਜਾਂਦੇ ਜੇ ਅਸੀਂ ਨਾ ਕੰਮ ਸਟਾਰਟ ਕਰਦੇ ਤਾਂ ਹੁਣ ਅਸੀਂ ਮਤਲਬ ਅਪ ਹੋ ਰਹੇ ਹਾਂ ਹਾਂਜੀ ਸਕੇਲ ਜਾ ਰਿਹਾ ਉੱਪਰ ਠੀਕ ਹੈ ਚਲੋ ਸਿੰਘ ਕਾਕਾ ਜੀ ਪਿੰਡ ਤਰਾਂਗ ਵਾਲਾ ਮੇਰਾ ਤੁਹਾਡੀ ਬੇਟੀ ਜਿਹੜਾ ਤੁਹਾਡੀ ਮਦਦ ਕਰਦੀ ਆ ਅਤੇ ਜਿਹੜਾ ਇੱਦਾਂ ਖਰਾਬ ਦਾ ਕੰਮ ਕਰਦੀ ਆ ਟਰਾਲੀ ਵਗੈਰਾ ਤਿਆਰ ਕਰਨ 'ਚ ਕਦੋਂ ਤੋਂ ਉਹ ਕਰ ਰਹੀ ਆ ਤੁਹਾਨੂੰ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਇੱਕ ਸਾਲ ਹੋ ਗਿਆ ਜੀ ਠੀਕ ਹੈ ਉਹਨਾਂ ਦੇ ਤੁਹਾਡੀ ਮਦਦ ਕਿਉਂ ਕੀਤੀ ਇਸ ਇਹ ਥੋੜ੍ਹਾ ਜਿਹਾ ਕੋਈ ਨਾ ਆਪਣੇ ਪ੍ਰੋਬਲਮ ਆ ਗਈ ਸੀਗੀ ਇਸ ਕਰਕੇ ਸਾਨੂੰ ਬਾਹਰ ਜਾਣਾ ਪਿਆ ਦੋਵਾਂ ਨੂੰ ਪਿਓ ਪੁੱਤਾਂ ਨੂੰ ਵੱਡਿਆਂ ਨੂੰ ਫਿਰ ਬੇਟੇ ਛੋਟਾ ਰਹਿ ਗਿਆ ਸੀ ਇੱਕ ਅਤੇ ਬੇਟੀ ਰਹਿ ਗਈ ਸੀ ਅਤੇ ਆਰਡਰ ਬਹੁਤ ਸੀ ਸਾਡੇ ਕੋਲ ਇਸ ਕਰਕੇ ਫਿਰ ਇਹਨਾਂ ਨੇ ਵਿਚਾਰਿਆਂ ਨੇ ਕੰਮ ਚਲਾਇਆ ਬੱਚਿਆਂ ਨੇ ਅਤੇ ਜ਼ਿਮੀਂਦਾਰਾਂ ਨੇ ਵੀ ਬਹੁਤ ਸਾਥ ਦਿੱਤਾ ਸਾਨੂੰ ਪੰਜਾਬ ਦਿਆਂ ਨੇ ਅਤੇ ਇਸ ਕਰਕੇ ਸਾਡਾ ਕੰਮ ਵੀ ਜੀਰੋ ਹੋ ਚੱਲਿਆ ਸੀ ਫਿਰ ਵਿਚਾਰਿਆਂ ਨੇ ਸਾਥ ਦੇ ਕੇ ਸਾਨੂੰ ਖੜ੍ਹਾ ਕਰ ਲਿਆ ਮੇਰੇ ਕੰਮ ਦੇ ਵਿੱਚ ਤੁਹਾਡੀ ਬੇਟੀ ਦੀ ਭੂਮਿਕਾ ਕਿਵੇਂ ਬਹੁਤ ਹੈ ਜੀ ਵੀ ਆਰਡਰ ਵੀ ਬਹੁਤ ਆ ਰਹੇ ਆ ਸਾਨੂੰ ਅਤੇ ਵਿੱਚ ਜ਼ਿਮੀਂਦਾਰ ਕਿਹੜੇ ਵੀ ਫੋਨ 'ਤੇ ਵੀ ਕਹਿੰਦੇ ਵੀ ਬੇਟੀ ਹੋ ਤਾਂ ਐਸੀ ਹੋ ਵੀ ਬਹੁਤ ਵਧੀਆ ਜੀ